ਪੰਜਾਬ ਦੇ ਵਿੱਚ ਵੱਡੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਹੋਈ ਹੈ। ਪੰਜਾਬ ਦੇ ਵਿੱਚ ਅੱਜ ਵੱਡਾ ਰੇਲ ਹਾਦਸਾ ਵਾਪਰਨ ਤੋਂ ਟਲ ਗਿਆ ਹੈ। ਪਟਰੀ ਦੇ ਉੱਤੇ ਕਿਸੇ ਵਿਅਕਤੀ ਦੇ ਵੱਲੋਂ ਜਾਣ ਮੁੱਝ ਕੇ ਵੱਡੇ ਵੱਡੇ ਸਰੀਏ ਜਿਹੜੇ ਹੈ ਉਹ ਰੱਖ ਦਿੱਤੇ ਗਏ ਹੈ ਕਿ ਟ੍ਰੇਨ ਉੱਥੋਂ ਗੁਜ਼ਰੇ ਅਤੇ ਇਹ ਜਿਹੜੀ ਸਰੀਏ ਨੇ ਸਿੱਧਾ ਟ੍ਰੇਨ ਦੇ ਵਿੱਚ ਜਾ ਵੱਜਣ ਅਤੇ ਬਾਅਦ ਵਿੱਚ ਲੋਕਾਂ ਦੀ ਮੌਤ ਹੋ ਜਾਵੇ। ਜੀਆਂ ਦੱਸੀਏ ਕਿ ਜੇਕਰ ਕਿਸੇ ਵਿਅਕਤੀ ਦਾ ਲੋਕਲ ਬੰਦੇ ਦਾ ਧਿਆਨ ਨਾ ਜਾਂਦਾ ਟ੍ਰੇਨ ਦੀ ਪਟਰੀ ਉੱਤੇ ਤਾਂ ਭਿਆਨਕ ਹਾਦਸਾ ਵਾਪਰ ਸਕਦਾ ਸੀ ਅਤੇ ਅੱਜ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋ ਸਕਦੀ ਸੀ। ਦੱਸੀਏ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਹੈ ਜਿੱਥੇ ਕਿ ਜਾਣ ਮੁੱਝ ਕੇ ਕਿਸੇ ਦੇ ਵੱਲੋਂ ਜਿਹੜਾ ਹੈ ਵੱਡਾ ਭਿਆਨਕ ਹਾਦਸਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਦੱਸ ਦਈਏ ਕਿ ਚਲਦੀ ਟ੍ਰੇਨ ਦਾ ਬੈਲੈਂਸ ਵਿਗਾੜਨ ਦੇ ਲਈ ਟ੍ਰੇਨ ਦੇ ਉੱਤੇ ਸਰੀਏ ਜਿਹੜੇ ਪਟਰੀ ਦੇ ਉੱਤੇ ਰੱਖ ਦਿੱਤੇ ਗਏ ਸੀ। ਹਾਲਾਂਕਿ ਪਾਇਲਟ ਦੀ ਜਿਹੜੀ ਸਮਝ ਸੀ ਉਸਨੇ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਹੈ। ਪਾਇਲਟ ਨੇ ਸਮੇਂ ਰਹਿੰਦੇ ਆਏ ਟ੍ਰੇਨ ਨੂੰ ਰੋਕ ਲਿਆ ਅਤੇ RPF ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਸੂਚਨਾ ਮਿਲਦੇ ਹੀ ਰੇਲਵੇ ਦੇ ਅਧਿਕਾਰੀ, ਰੇਲਵੇ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਅਤੇ ਇਸ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਟ੍ਰੇਨ ਦੀ ਸਪੀਡ ਘੱਟ ਹੋਣ ਦੇ ਨਾਲ ਹੀ ਹਾਦਸਾ ਗੇਟਮੈਨ ਕ੍ਰਿਸ਼ਨ ਮੀਨਾ ਦੇ ਦੱਸਿਆ ਹੈ ਕਿ ਮੌਕੇ 'ਤੇ ਉੱਤੇ ਸਪੀਡ ਘੱਟ ਕਰਵਾ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਜਿਵੇਂ ਹੀ ਇੱਥੇ ਪਹੁੰਚੀ ਤਾਂ ਟ੍ਰੇਨ ਬੰਦ ਹੋ ਗਈ। ਉਹਨਾਂ ਨੇ ਦੱਸਿਆ ਹੈ ਕਿ ਕੋਈ ਸ਼ਰਾਰਤੀ ਅਨਸਰ ਅਜਿਹੀ ਕਰਤੂਤ ਕਰ ਸਕਦਾ ਹੈ? ਜਿਸ ਤਰੀਕੇ ਦੇ ਨਾਲ ਵੱਡਾ ਭਿਆਨਕ ਹਾਦਸਾ ਹੋ ਸਕਦਾ ਸੀ, ਕਿਉਂਕਿ ਪੰਜਾਬ ਸਣੇ ਦੇਸ਼ ਦੇ ਵਿੱਚ ਰੇਲ ਹਾਦਸੇ ਇਸ ਵੇਲੇ ਕਾਫੀ ਸੁਰਖੀਆਂ ਦੇ ਵਿੱਚ ਆਏ ਦਿਨ ਖਬਰਾਂ ਵੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਚਲਦੀ ਟ੍ਰੇਨ ਜਿਹੜੀ ਹੈ ਉਹ ਪਟਰੀ ਤੋਂ ਉੱਤਰ ਜਾਂਦੀ ਹੈ। ਕਦੇ ਇਸ ਤਰੀਕੇ ਨਾਲ ਵੇਖਦੇ ਹਾਂ ਕਿ ਜਿਹੜੀ ਟ੍ਰੇਨ ਹੈ ਆਪਸ ਦੇ ਵਿੱਚ ਭਿੜ ਜਾਂਦੀ ਹੈ। ਤਾਂ ਦੱਸਦੀ ਹੈ ਕਿ ਵੱਡਾ ਭਿਆਨਕ ਹਾਦਸਾ ਅੱਜ ਪੰਜਾਬ ਦੇ ਵਿੱਚ ਹੋਣੋਂ ਟਲਿਆ ਹੈ। ਬਤਾਇਆ ਕਿ ਰਾਤ ਮੈਂ ਕਿਸੀ ਨੇ ਟ੍ਰੈਕ ਪਰ ਰੱਖ ਦੀ ਹੈ ਤੋ ਉਸਕੀ ਵਜ੍ਹਾ ਸੇ ਜੋ ਸਮਥਿੰਗ 3 ਵਜੇ ਗਾੜੀ ਆਈ ਥੀ ਵੋ 1 ਘੰਟੇ ਲੇਟ ਹੋਈ ਥੀ, ਖੜੀ ਰਹੀ ਥੀ, ਟ੍ਰੈਕ ਫੇਲ ਹੋ ਗਿਆ। ਫਿਰ ਰਾਤ ਮੈਂ ESM ਔਰ ਆਪਣੇ ਯਹਾਂ ਪੇ ਪੁਆਇੰਟਸਮੈਨ ਹੈ ਵੋ ਦੋਨੋਂ ਜਾ ਕੇ ਦੇਖੇ ਤੋ ਸੜੀਆਂ ਮਿਲੇ ਪਟਰੀ ਪਰ ਵੋ ਹਟਾ ਕੇ ਫਿਰ ਆਪਣੀ ਗਾੜੀ ਚਲਾ ਦੀ। ਗਾੜੀ ਕੌਣ ਸੀ ਥੀ? ਗਾੜੀ ਲੋਡ ਥਾ। ਕਿਤਨੀ ਦੇਰ ਰੁਕੀ ਰਹੀ ਯਹਾਂ ਪੇ? ਯਹਾਂ ਕਮ ਸੇ ਕਮ ਵੋ ਤੋ ਉਸਮੇ ਲਿਖ ਰਹੇ 1 ਘੰਟੇ ਲੇਟ ਹੋਈ ਵੋ ਸਮਥਿੰਗ। ਕੁਛ ਪਤਾ ਹੈ ਕਹਾਂ ਸੇ ਲੇਕਰ ਆਏ ਥੇ? ਅਬ ਯੇ ਤੋ ਮੇਰੇ ਕੋ ਪਤਾ ਨਹੀਂ, ਮੈਂ ਰਾਤ ਮੈਂ ਤੋ ਥਾ ਨਹੀਂ। ਇਹ ਮਾਮਲਾ ਮੈਨੂੰ ਸਵੇਰੇ 7 ਵਜੇ ਕਰੀਬ ਪਤਾ ਲੱਗਿਆ ਕਿ ਕਿਸੇ ਚੋਰਾਂ ਨੇ ਇਹ ਸਰੀਆ ਲਾਈਨ ਦੇ ਉੱਪਰ ਰੱਖ ਦਿੱਤਾ ਵਿਚਾਲੇ 3:45 'ਤੇ, 3:45 ਗੱਡੀ ਖੜ੍ਹੀ ਰਹੀ ਹੈ ਜੀ ਇੱਥੇ। ਹੁਣ ਇਹ ਨਹੀਂ ਪਤਾ ਕਿਸ ਮਨਸਾ ਦੇ ਲਈ, ਲੁੱਟਣ ਲਈ ਜਾਂ ਕਿਸ ਚੀਜ਼ ਲਈ ਰੱਖਿਆ। ਲੱਗਦਾ ਵੀ ਇਹ ਵੱਡਾ ਨੁਕਸਾਨ ਹੋ ਸਕਦਾ, ਬਹੁਤ ਵੱਡਾ ਨੁਕਸਾਨ ਹੋ ਸਕਦਾ ਜੀ, ਬਹੁਤ ਵੱਡਾ। ਤੇ ਹੁਣ ਅਧਿਕਾਰੀ ਪਹੁੰਚੇ ਕਿ ਨਹੀਂ? ਪੂਰੇ ਹੱਥ ਪੈਣੀ ਚਾਹੀਦੀ, ਅਸੀਂ ਤਾਂ ਆਪ ਕਹਿੰਦੇ ਹਾਂ ਇਸ ਚੀਜ਼ 'ਤੇ। ਸਾਡੀ ਇੱਕ ਇਹਨਾਂ ਨੂੰ ਬੇਨਤੀ ਹੋਰ ਆ ਛੋਟੀ ਜੀ, ਆ ਜਿਹੜੀਆਂ ਨਾਲ ਨਾਲ ਕੀਕਰਾਂ ਇੱਥੇ ਰੋਜ਼ ਫੋਨ ਖੋ ਕੇ ਝਾੜੀਆਂ 'ਚ ਬਹਿ ਜਾਂਦੇ ਆ, ਅੱਖੀ ਦੇਖੇ ਸਾਡੇ ਸੀਨ ਆ ਝਾੜੀਆਂ 'ਚ ਬਹਿ ਜਾਂਦੇ। ਜਦੋਂ ਟ੍ਰੇਨ ਖੜ ਗਈ ਕੋਈ ਮਾਇਲ ਦੇਖੀ ਜਾਂਦਾ, ਅਤੇ ਜਦੋਂ ਟ੍ਰੇਨ ਤੁਰਦੀ ਆ ਹਲਕਾ ਝਟਕਾ ਮਾਰ ਕੇ ਨਾਲ ਦੀਆਂ ਝਪਟਾਂ ਮਾਰ ਕੇ ਨਿਕਲ ਜਾਂਦੇ ਲੈ ਕੇ, ਅਗਲਾ ਓਏ 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 ਕਰਦੇ ਰਹਿ ਜਾਂਦਾ ਜੀ। ਰੇਲਵੇ ਦੇ RPF ਸਾਰੀ ਪਹੁੰਚੀ ਹੋਈ ਇੱਥੇ, ਵੱਡੇ ਵੱਡੇ ਅਫਸਰ ਪਹੁੰਚੇ ਹੋਏ ਆ। ਬਿਲਕੁਲ ਨੁਕਸਾਨ ਬਹੁਤ ਤਕੜਾ ਹੋ ਜਾਂਦਾ ਜੇ ਇਹੋ ਜਿਹੀ ਕੋਈ ਪਤਾ ਨਾ ਹੀ ਲੱਗਦਾ ਚਾਨਚੱਕ ਡਰਾਈਵਰ ਨੂੰ, ਇਹਦਾ ਪਤਾ ਲੱਗ ਗਿਆ ਬ੍ਰੇਕ ਲੱਗ ਗਿਆ ਗੱਡੀ ਦੀ। ਪਰ ਬਹੁਤ ਗਲਤ ਗੱਲ ਹੈ ਇਸ ਚੀਜ਼ ਜਿਹੜਾ, ਦੇਖੋ ਚੋਰੀ ਆਹ ਚੀਜ਼ਾਂ ਦੀ ਕੀ ਚੋਰੀ ਆ?
ਸਾਡੇ ਏਰੀਆ ਦਾ ਨਾਮ ਬਹੁਤ ਵੱਡਾ ਚੋਰਾਂ ਨੇ ਬਦਨਾਮ ਕਰ ਰੱਖਿਆ। ਅਸੀਂ ਇੱਕ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਚੋਰ ਆ, ਜਿੰਨੇ ਖੋਹ ਵਾਲੇ ਆ, ਇੱਥੇ ਖੋਹ ਇੰਨੀ ਕੁ ਹੋ ਜਾਂਦੀ ਆ, ਸ਼ਾਮ ਨੂੰ 9 ਵਜੇ ਤੋਂ ਬਾਅਦ ਬੰਦਾ ਹੀ ਨਹੀਂ ਉੱਥੇ ਹੋ ਸਕਦਾ। ਇਹ ਇਹਨਾਂ ਦੇ ਨੱਥੇ ਪੈਣੀ ਚਾਹੀਦੀ ਆ। ਪੌਣਾ ਘੰਟਾ ਗੱਡੀ ਖੜੀ ਰਹੀ ਆ, ਨੁਕਸਾਨ ਤਾਂ ਹੋਣ ਗਿਆ, ਹੋਇਆ ਜੀ, ਸਮੇਂ ਦਾ ਹੋਇਆ ਜੀ, ਸਰਕਾਰ ਦਾ ਨੁਕਸਾਨ ਹੋਇਆ, ਸੈਂਟਰ ਸਰਕਾਰ ਦਾ ਨੁਕਸਾਨ ਹੋਇਆ ਚੀਜ਼ 'ਚ। ਏਰੀਆ ਕਿਹੜਾ ਭਾਜੀ ਇਹ? ਬੰਗੀ ਨਗਰ ਦੀ, ਇਹ ਦਿੱਲੀ ਲੈਣ ਆ ਜੀ।